ਜ਼ਹਿਰ ਦਾ ਪੋਤਲਾ ਉੱਥੇ ਨਹਾਉਂਦਾ ਸੀ ਪਿਆ ਤੇ ਬੀਬੀਆਂ ਖਲੋ ਰਹੀਆਂ ਜ਼ਹਿਰ ਦਾ ਇੱਥੇ ਬੈਠਾ ਸੀ ਉੱਥੇ ਵਹਿੰਦਾ ਸੀ ਸਾਹਮਣੇ ਸਭ ਕੁਝ ਵੇਖ ਰਿਹਾ ਵਹਿੰਦਾ ਸੀ ਪਿਆ ਮੁੰਡਾ ਜਿਹੜਾ ਪੋਤਲਾ ਜਿਹੜੇ ਪੋਤਲਾ ਨਹਾ ਕੇ ਆਇਆ ਨਾ ਇੱਥੇ ਚੌਂਕੀਦਾਰ ਬੈਠਾ ਸੀ ਹੁਣ ਆਵਾਜ਼ ਮਾਰ ਵੀ ਇਹਨੂੰ ਲਿਆ ਸਤ ਕੇ ਲਿਆ ਜਿਹੜਾ ਇੱਥੇ ਥੰਮ ਦੇ ਕੋਲ ਬਾ ਕੇ ਉਹਨੂੰ ਅੱਖ ਲੱਗਾ ਉੱਥੇ ਬੁੱਕ ਪਾਰ ਸਾਹ ਦਾ ਇਹਦੇ ਸਿਰ ਦੇ ਵਿੱਚ ਪਾ ਸੱਕੇ ਪੋਤਲੇ ਦੇ ਸਿਰ ਤੇ ਉਹਦੀਆਂ ਮੇਢੀਆਂ ਦੇ ਵਿੱਚ ਸਾਹ ਪਵਾਈ ਉੱਤੋਂ ਪੰਜ ਜੁੱਤੀਆਂ ਆਪ ਮਾਰੀਆਂ ਅਸਾਂ ਕਿਹਾ ਧੀ ਭੈਣ ਧੀਆਂ ਸਨ ਖਲੀਆਂ ਕੀ ਆਉਂਦੇ ਉਹਨਾਂ ਦਾ ਸਰਦਾਰ ਦਾ ਪੋਤਲਾ ਨਹਾਉਂਦਾ ਪਿਆ ਹੈਲੋ ਅਸਲਾਮ ਵਾਲਿਕਮ ਨਾਜ਼ਰੀਨ ਤੁਸੀਂ ਵੇਖਦੇ ਸਾਡਾ ਯੂਟਿਊਬ ਚੈਨਲ ਮੇਰਾ ਪਿੰਡ ਮੇਰਾ ਪੰਜਾਬ ਅਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਮੇਰੇ ਨਾਲ ਭਾਈ ਅਕਰਮ ਸਾਹਿਬ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ ਇੱਥੇ ਦੇ ਵਸਨੀਕ ਨੇ ਇਹਨਾਂ ਨਾਲ ਗੱਲਬਾਤ ਕਰਨੇ ਨਾਲ ਪੁੱਛਣੇ ਸਾਰੇ ਦੇ ਸਿੱਖ ਸਰਦਾਰ ਦੇ ਹਿੰਦੂ ਖੱਤਰੀ ਵਗੈਰਾ ਜਿੰਨੇ ਕਿੰਨੇ ਮਜ਼ਹਬ ਰਹਿੰਦੇ ਹਨ ਅਤੇ ਕਿਵੇਂ ਕਿਵੇਂ ਉਹਨਾਂ ਦਾ ਰਹਿਣ ਸਹਿਣ ਸੀ ਆਪਣੇ ਕੀ ਪਿਆਰ ਮੁਹੱਬਤ ਨਾਲ ਰਹਿੰਦੇ ਹਾਂ ਅਤੇ ਕਿਵੇਂ ਕਿਵੇਂ ਇੱਧਰੋਂ ਚੜ੍ਹਦੇ ਪੰਜਾਬ ਗਏ ਸਾਰੀ ਗੱਲ ਬਾਬਿਆਂ ਨਾਲ ਕਰਨੇ ਆ ਜੀ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਚਾਚਾ ਜੀ ਆਪਣਾ ਨਾਂ ਕੀ ਗੁਲਾਮ ਹੈਦਰ ਆਪਣੇ ਅੱਬੇ ਜੀ ਦਾ ਅੱਬੇ ਦਾ ਨਾਂ ਸੋਹਣਾ ਅਤੇ ਦਾਦੇ ਦਾ ਦਾਦੇ ਸਰਦਾਰ ਸਰਦਾਰ ਆਪਣੀ ਜਾਤ ਕਿਹੜੀ ਜੀ ਰਾਈ ਰਾਈ ਬਜ਼ੁਰਗਾ ਜਿੱਥੇ ਬੈਠੇ ਕਿਹੜਾ ਪਿੰਡ ਹੈ ਕਿਲ੍ਹਾ ਦੀਵਾਨ ਸਿੰਘ ਕਿਲ੍ਹਾ ਦੀਵਾਨ ਸਿੰਘ ਜਾ ਆਪਣਾ ਜ਼ਿਲ੍ਹਾ ਕਿਹੜਾ ਇੱਥੋਂ ਦਾ ਜ਼ਿਲ੍ਹਾ ਕੁਣੀ ਸਾਡਾ ਇੱਥੇ ਹੀ ਰਹਿਆ ਸੀ ਇੱਥੋਂ ਦੇ ਜੰਮ ਨਹੀਂ ਨਹੀਂ ਜ਼ਿਲ੍ਹਾ ਆਪਣਾ ਕਿਹੜਾ ਲੱਗਦਾ ਇੱਥੇ ਜ਼ਿਲ੍ਹਾ ਇੱਥੋਂ ਕੁਝਰਾਂ ਲੱਗਦਾ ਕੁਝਰਾਂ ਲੱਗਦਾ ਨਾਲ ਦੇ ਦੋ ਤਿੰਨ ਪਿੰਡ ਦੱਸਿਆ ਜੀ ਇਹਦੇ ਆਲੇ ਦੁਆਲੇ ਨੋਖਰ ਹਾਂਜੀ ਵਿਰਕਾਂ ਚੱਕ ਅੱਛਾ ਜੀ ਵਿਧਾਨਕੋਟ ਅੱਛਾ ਅੱਛਾ ਟੌਂਗਾ ਵਾਲੀ ਪਲਗਪੁਰ ਕੇਸੋ ਦਾ ਕੋਟ ਸਹੀ ਹੋ ਗਿਆ ਆ ਗਈ ਸਭ ਚੱਬਾ ਅਤੇ ਨੰਬਰਦਾਰ ਮੇਰਾ ਬਾਪ ਸੀ ਇੱਕ ਪੱਤੀ ਸੀ ਇੱਕ ਨੰਬਰਦਾਰ ਤ੍ਰੈ ਪੱਤੀਆਂ ਇੱਕ ਪੱਤੀ ਦੇ ਉਹ ਸਨ ਦੋ ਪੱਤੀਆਂ ਦੇ ਤੀਸਰੀ ਪੱਤੀ ਸਾਡੇ ਕੋਲ ਸੀ ਅੱਛਾ ਦੂਸਰੀ ਪੱਤੀ ਦੇ ਨਾਂ ਜੇ ਤੁਹਾਨੂੰ ਆਉਂਦੇ ਨੇ ਦੱਸੇ ਉਹਨਾਂ ਤੋਂ ਆਪੇ ਹੀ ਸਨ ਸਰਦਾਰ ਹੀ ਸਰਦਾਰ ਹੀ ਸਨ ਆਪੇ ਨਾਂ ਯਾਦ ਕਿਹਾ ਨੰਬਰ ਨਹੀਂ ਮੈਨੂੰ ਨਹੀਂ ਕਿਹਾ ਯਾਰ ਸਿਰਫ ਜੈਲਦਾਰ ਦਾ ਨਾਂ ਯਾਦ ਅੱਛਾ 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 ਜੈਲਦਾਰ ਜਿਹੜਾ ਸੀ ਉਹ ਇੱਥੇ ਪੰਨ 12 ਪਿੰਡਾਂ ਦਾ ਮਾਲਕ ਸੀ ਮਾਲਕ ਸੀ ਤੁਹਾਡਾ ਇੱਥੋਂ ਦਾ ਰਹਿਣ ਵਾਲਾ ਸੀ ਹਾਂ ਨਹੀਂ ਨਹੀਂ ਉਹ ਵੀ ਉਹਨਾਂ ਦਾ ਸਿੱਖ ਹੀ ਸੀ ਨਾ ਉਹਨਾਂ ਦਾ ਜਾਣ ਵਾਲਾ ਸੀ ਜਾਣ ਚੜ ਗਿਆ ਉਹਦਾ ਨਾਂ ਜਿਹਾ ਚੱਕੀ ਸੀ ਭਲਾ ਉਹਦੇ ਨਾਂ ਸਰਦਾਰ ਜੀ ਆਉਂਦੇ ਹਨ ਸਰਦਾਰ ਮਹਿੰਦਰ ਸਿੰਘ ਸਰਦਾਰ ਮਹਿੰਦਰ ਸਿੰਘ ਅੱਛਾ ਜ਼ੈਲਦਾਰ ਸੀ 12 ਪਿੰਡਾਂ ਦਾ ਮਾਲਕ 12 ਪਿੰਡਾਂ ਦਾ ਮਾਲਕ ਅੱਛਾ 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 ਬੰਦਾ ਸੀ ਬਹੁਤ ਚੰਗਾ ਬੰਦਾ ਸੀ ਹਯਾ ਖੋਰ ਸਨ ਲੋਕ ਸਾਰੇ ਉਹ ਅੱਛਾ ਅੱਲਾਹ ਤਾਲਾ ਕਰਮ ਕਰੇ ਬੜਾ ਸੋਹਣਾ ਵਸਦੇ ਸਨ ਗਰੀਬਾਂ ਨੂੰ ਧਿਆਨ ਰੱਖਦੇ ਸਨ ਅਤੇ ਅੱਲਾਹ ਤਾਲਾ ਕਰਮ ਕਰੇ ਅਸੀਂ ਉਸ ਵੇਲੇ ਮਾਲਕ ਸਾਂ ਪਿੰਡ ਦੇ ਵਿੱਚ ਥੋੜ੍ਹੇ ਸਾਂ ਜਾਂ ਬਹੁਤੇ ਸਾਂ ਅਸਾਂ ਜ਼ਮੀਨ ਉਹਨਾਂ ਕੋਲ ਗਹਿਣੇ ਲਈ ਸੀ 16 ਕਿੱਲੇ ਅੱਛਾ ਉਹ ਬਲ ਟੁਰ ਗਏ ਜ਼ਮੀਨ ਸਾਡੀ ਗਹਿਣੇ ਦੀ ਰਹਿ ਗਈ ਉਹ ਫਿਰ ਜ਼ਮੀਨ ਸਾਡੇ ਦਾ ਕੇਸ ਚੱਲਦਾ ਰਿਹਾ ਇਸਤੇਮਾਲ ਹੋਈ ਉਹ ਜ਼ਮੀਨ ਸਾਨੂੰ ਛੱਡਣੀ ਪਈ ਅੱਛਾ ਅੱਛਾ ਅਜੇ ਬਲਕਿ ਪੈਸੇ ਸਾਨੂੰ ਨਹੀਂ ਮਿਲੇ ਆ ਗਈ ਸਮਝ ਪੈਸੇ ਤਾਂ ਉਹਨੇ ਦੇਣੇ ਸਾਨੂੰ ਜਿਹਨਾਂ ਕੋਲ ਲਈ ਸੀ ਪੈਸੇ ਸਾਨੂੰ ਨਹੀਂ ਸੀ ਮਿਲੇ ਤਾਂ ਪੌਂਆਂ ਛੱਡ ਦਿੱਤੀ ਸੀ 16 ਕਿੱਲੇ ਪੌਂਆਂ ਸੀ ਅਤੇ ਉਂਝ ਉਹਨਾਂ ਦਾ ਬੜਾ ਸਲੂਕ ਇਤਫਾਕ ਸਾਡੇ ਘਰ ਨਾਲ ਬਹੁਤ ਸਲੂਕ ਇਤਫਾਕ ਸੀ ਅੱਲਾਹ ਕਰਮ ਕਰੇ ਕਿੰਨੇ ਘਰ ਸਨ ਸਿੱਖਾਂ ਦੇ ਚਾਚਾ ਉਹ ਸਿੱਖਾਂ ਦੇ ਘਰ ਸਾਰਾ ਪਿੰਡ ਹੀ ਦਿੰਦੇ ਸੀ ਸਿੱਖਾਂ ਦਾ ਸੀ ਅੱਛਾ ਅੱਛਾ ਵਾਹਵਾ ਘਰ ਸਨ ਵਾਹਵਾ ਘਰ ਸਨ ਅੱਛਾ ਅੱਛਾ ਆਹ ਘਰ ਵੀ ਉਹਨਾਂ ਦੇ ਸਨ ਆ ਨਾਲ ਹਾਂਜੀ ਉਹ ਤਾਂ ਪਿਛਲੇ ਪਿੰਡ 'ਚ ਵੀ ਘਰ ਸਨ ਅਤੇ ਆਹ ਸਾਡੇ ਘਰ ਦੇ ਨਾਲ ਵੀ ਪਿੱਛੇ ਚਬਾਰਾ ਉਹ ਵੀ ਉਹਨਾਂ ਦੇ ਘਰ ਸਨ ਅੱਛਾ ਅੱਛਾ ਸਨ ਸਾਰੇ ਹੀ ਕਿਹੜਾ ਕੋਈ ਮਾਲੇ ਸਨ ਤਗੜੇ ਸਾਮੀਆਂ ਹਾਂ ਆਹ ਤਗੜੀਆਂ ਸਾਮੀਆਂ ਸਨ ਅਤੇ ਉਂਝ ਇੱਜ਼ਤ ਖੋਰ ਆਦਮੀ ਸਨ ਹਯਾ ਖੋਰ ਸਨ ਕਿਸੇ ਨੇ ਨਜਾਇਜ਼ ਨਹੀਂ ਸਨ ਕਰਦੇ ਅਤੇ ਨਾ ਉਹ ਜ਼ਹਿਰਦਾਰ ਹੋਣ ਹੀ ਦਿੰਦਾ ਸੀ ਇਹ ਟੱਪ ਉਹਦਾ ਜ਼ਹਿਰਦਾਰ ਦਾ ਸੀ ਇਹ ਜਗ੍ਹਾ ਜੀ ਟੱਪ ਸੀ ਆਹ ਯਾਨੀ ਉਹ ਜਿਹਨੂੰ ਅਸੀਂ ਹੁਣ ਕਹਿ ਦਿੰਦੇ ਕਿ ਜਿੱਥੇ ਵਡੇਰੇ ਆਣ ਕੇ ਬਹਿੰਦੇ ਨੇ ਫੈਸਲੇ ਕਰਦੇ ਆਹ ਇਹ ਜਗ੍ਹਾ ਉਹਦੀ ਸੀ ਇੱਥੇ ਉਹ ਹੁੰਦਾ ਸੀ ਹੁਣ ਅੱਗੋਂ ਅਸੀਂ ਇੱਥੇ ਹਾਂ
ਅੱਗੇ ਤੇ ਦੋ ਤਰੇ ਬਿਨਾ ਸਾਡੇ ਕੋਲ ਆਏ ਸਾਲ ਵਿੱਚ ਆਉਂਦੇ ਰਹਿਣ ਆਉਂਦੇ ਰਹਿਣ ਸਾਲ ਅਮਿੰਦਰ ਸਿੰਘ ਕੀ ਜਾਇਲਦਾਰ ਕੀ ਆ ਨਾ ਉਹਦੇ ਉਹਦਾ ਗੁਲਾਦ ਹਾਂ ਜੀ ਗੁਲਾਦ ਪੋਤਰੀ ਉਹਦੀ ਆਈ ਸੀ ਪੋਤਰੀ ਜੁਆਈ ਉਹਦਾ ਆਇਆ ਸੀ ਤੇ ਸਾਂਢ ਕੀ ਵਿਆਹਿਆ ਸੀ ਉਹ ਆਏ ਸਨ ਤੇ ਪਹਿਲਾਂ ਦੋਵੇਂ ਜੀ ਫਿਰ ਬਾਅਦ ਪੰਜ ਸੱਤ ਆਏ ਸਨ ਫਿਰ ਉਹ ਤੋਂ ਬਾਅਦ ਮੇਰਾ ਬੇਟਾ ਜਿਹੜਾ ਸੀ ਨਾ ਜਿਹੜਾ ਫੌਤ ਹੋ ਗਿਆ ਉਹ ਵੀ ਚੌਧਰੀ ਸੀ ਤੇ ਉਹ ਫੌਤ ਹੋ ਗਿਆ ਤੇ ਉਸ ਰੋਟੀ ਵੀ ਜਾ ਕੇ ਪਕਾਈ ਸੀ ਮੇਰਾ ਬਾਅਦ ਵਿਸਾਖੀ ਤੇ ਉਹਨਾਂ ਦੀ ਸਿੱਖਾਂ ਦੀ ਇਹਨਾਂ ਦਾ ਮੁਫਤ ਪਿਆਰ ਸੀ ਉਹ ਉਹਨੂੰ ਆਉਂਦੇ ਸਨ ਵੀ ਤੂੰ ਸਾਡੇ ਕੋਲ ਆ ਇਹ ਜਿਹੜਾ ਪੱਲਿਓ ਕਮਜ਼ੋਰ ਸੀ ਇਹਦਾ ਉਹ ਇੱਥੇ ਇੰਨੇ ਇੰਨੇ ਪੈਸੇ ਦੇ ਕੇ ਗਏ ਨੇ ਅਤੇ ਮੈਂ ਵੀ ਜਾ ਫਿਰ ਮੈਨੂੰ ਵੀ ਤਾਂ ਦੇਣੇ ਪੈਣੇ ਨੇ ਨਾ ਇਸ ਗੱਲ ਤੋਂ ਉਹ ਨਹੀਂ ਸੀ ਗਿਆ ਉਹਨਾਂ ਬੜਾ ਚਾਰਾ ਲਾਇਆ ਉਹਨਾਂ ਭਾਈ ਦੇ ਸਾਰਿਆਂ ਕਮੀਆਂ ਨੂੰ ਪੈਸਾ ਦੇ ਕੇ ਗਏ ਸਨ ਜਿਹੜੇ ਜਿਹੜੇ ਕਮੀ ਸਨ ਸਾਰਿਆਂ ਨੂੰ ਪੈਸਾ ਦੇ ਕੇ ਗਏ ਸਨ ਅਤੇ 25,000 ਰੁਪਈਆ ਚੋਰੀ ਨੂੰ ਦੇ ਗਿਆ ਟੱਪ ਵਾਸਤੇ ਮੈਨੂੰ ਟੱਪ ਨੂੰ ਜਲਾ ਉੱਚੀਆਂ ਕਰ ਤੈਨੂੰ ਕੋਈ ਖਤਰਾ ਨਹੀਂ ਜੇ ਖਤਰਾ ਹੋਵੇ ਸਾਨੂੰ ਸਾਡੇ ਵੱਲ ਤੂੰ ਕਦੀ ਅਸੀਂ ਤੇਰੇ ਤਾਬੇਦਾਰ ਬੜੀਆਂ ਬੜੀਆਂ ਸੋਹਣੀਆਂ ਗੱਲਾਂ ਸਾਨੂੰ ਪਾਈ ਕੀਤੀਆਂ ਉਹਨਾਂ ਅੱਲਾਹ ਤਾਲਾ ਕਰਮ ਕਰੇ ਹੁਣ ਉਹਨਾਂ ਦੇ ਭਾਗ ਉਹਨਾਂ ਨਾਲ ਇਹਨਾਂ ਦੇ ਜਿਹੜੇ ਇਹ ਜਿਹੜੇ ਆਏ ਨੇ ਲੋਕ ਸਾਡੇ ਅਮਲ ਪਸੰਦ ਨਹੀਂ ਹਾਂ ਅਸੀਂ ਕਲਮੇ ਕੋ ਭਾਈ ਅਤੇ ਜਦੋਂ ਅਬਦ ਨਾ ਹੋਵੇ ਤਾਂ ਕੁਛ ਵੀ ਨਹੀਂ ਹੁੰਦਾ ਦੀਨ ਬੜਾ ਅਤੇ ਜਦੋਂ ਸਾਡੇ ਕੋਲ ਇਸ ਚੀਜ਼ ਦੀ ਗੱਲ ਹੀ ਕੋਈ ਨਹੀਂ ਤਾਂ ਕੀ ਹੈ ਫਿਰ ਕੁਛ ਅਮਲ ਹੋਣਾ ਚਾਹੀਦਾ ਅਮਲ ਨਹੀਂ ਆਪਾਂ ਸ਼ਾਦੀ ਮਿਆਮਤ ਆਉਣ ਜਾਣਾ ਆਇਆ ਸੀ ਉਹਨਾਂ ਨੇ ਪਹਿਲੇ ਆਹੋ ਉਹਨਾਂ ਨਾਲ ਆਈ ਸੀ ਅੱਛਾ ਸ਼ਾਦੀ ਮਿਆਮਤ ਵਰਤੋਂ ਭਾਜੀ ਹੈ ਵਰਤੋਂ ਭਾਜੀ ਬੜੀ ਉਹ ਤੇ ਸਾਡੇ ਇੱਕ ਬਾਬੇ ਨੇ ਕੜਾਹ ਖਾਧਾ ਸੀ ਅੱਛਾ 7 ਕਿਲੋ ਅੱਛਾ 7 ਕਿਲੋ 7 ਕਿਲੋ ਉਹ ਲੱਗੇ ਬਸ ਵੀ ਸਵਾਰੀ ਸਵਾਰੀ ਖਾਣ ਦੀ ਭਾਜੀ ਕੋਈ ਨਹੀਂ ਭਾਜੀ ਰੱਖਣੀ ਉਹ ਸਾਡਾ ਦਾਦਾ ਹੀ ਲੱਗਦਾ ਸੀ ਅੱਛਾ ਅੱਛਾ ਮੇਰੇ ਦਾਦੇ ਦਾ ਭਰਾ ਸੀ ਇਹ ਸਿੱਖਣ ਗਿਆ ਜਨਦਾਰ ਸਾਂ ਤੇ ਸਾਡੀ ਭਾਈ ਸਾਡੀ ਭਾਈ ਤੁਹਾਡਾ ਸਲਾਮ ਦਵਾ ਹਾਂ ਅੱਜ ਸਲਾਮ ਤਾਂ ਸਾਡੀ ਉਹ ਸਿੱਧ ਰਹੀ ਹੈ 7 ਕਿਲੋ ਕਲਾਂ ਦੀ ਭਾਜੀ ਕੋਈ ਨਾ ਜਿਹੜੇ ਚਾਚਾ ਜੀ ਨੇ 7 ਕਿਲੋ ਤੁਹਾਡੇ ਵੱਡੇ ਆਇਆ ਸੀ ਇੱਕ ਚਾਚਾ ਸੀ ਕਹਿੰਦੇ ਦਾਦਾ ਜੀ ਸਾਡਾ ਲੱਗਦਾ ਸੀ ਤੇ ਉਹ ਤਾਂ ਜਵਾਨ ਬੜਾ ਫਿਰ ਹੁਣ ਬੜੇ ਜਵਾਨ ਸਨ ਮੇਰਾ ਨਾਮ ਕਦ ਵੱਡਾ ਸੀ ਬੜੇ ਜਵਾਨ ਵਾਹ ਜੀ ਵਾਹ ਤੁਹਾਡੇ ਨਾਲ ਤੇ ਮੇਰਾ ਪੁੱਤਰ ਜਿਹੜਾ ਸੀ ਨਾ ਮਾਸ਼ਾ ਉਹ ਕਈ ਦਰਜੇ ਨਹੀਂ ਮਾਸ਼ਾ ਤੁਸੀਂ ਵੀ ਫੇਰ ਤੁਹਾਡੇ ਵੀ ਦੇਖਣ ਚਲੋ ਅਸੀਂ ਤੁਹਾਡੇ ਮਰ ਗਏ ਰਹਿ ਗਏ ਉਹਨਾਂ ਦਾ ਕੀ ਕਰ ਨਹੀਂ ਵਡੇਰੇ ਹੁੰਦੇ ਬਾਬੀ ਦੇਖਦੇ ਬਕੇ ਤੁਸੀਂ ਬੁੜੇ ਹਾਲ ਤੇ ਅੱਲਾਹ ਤਾਲਾ ਕਰਮ ਕਰੇ ਬਹੁਤ ਚੰਗੇ ਦਿਨ ਲੰਘੇ ਨੇ ਇੱਥੇ ਅੱਛਾ ਅੱਛਾ ਤੇ ਹੁਣ ਅੱਗੋਂ ਅੱਲਾਹ ਦੀ ਮਰਜ਼ੀ ਤੁਸੀਂ ਪੁੱਤਰਾ ਜੋ ਮਰਜ਼ੀ ਵੇ ਦੱਸੋ ਤੇ ਜੋ ਮਰਜ਼ੀ ਵੇ ਬਣਾਇਆ ਜਾ ਹਾਂਜੀ ਹਾਂਜੀ ਅੱਛਾ ਅੱਛਾ ਜੀ ਇੱਥੇ ਸਾਨੂੰ ਪੈਲੀਆਂ ਜ਼ਿਆਦਾ ਕਿਹਦੀਆਂ ਸਨ ਕਿਹੜੇ ਸਿੱਖ ਦੀਆਂ ਜ਼ੈਲਦਾਰ ਜ਼ੈਲਦਾਰ ਦੀ ਹਾਂ ਉਹ ਮਰਬਿਆਂ ਦਾ ਮਾਲਕ ਸੀ ਮਰਬਿਆਂ ਦਾ ਘੱਟ ਸੀ ਚਲੋ ਇੱਥੇ ਪਿੰਡ ਦੀ ਪੋਇੰਟ ਤੇ ਥੋੜ੍ਹੀ ਸੀ ਨਾ ਉਹ ਅੱਗੋਂ ਬਦੋ ਅੱਗੇ ਤੋਂ ਲੈ ਗਿਆ ਸੀ ਪੋਇੰਟ ਅੱਛਾ 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 ਅਤੇ ਵਾਹ ਵਾਹ ਚੰਗੀ ਪੋਇੰਟ ਬਣ ਗਈ ਸੀ ਉਹਦੀ ਦੂਜਿਆਂ ਦੀ ਵੀ ਥੋੜ੍ਹੀ ਥੋੜ੍ਹੀ ਸੀ ਉਸੇ ਪੋਇੰਟ 'ਤੇ ਆਣ ਕੇ ਬੈਠੇ ਨੇ ਮਾਜਰ ਉਹਨਾਂ ਦਾ ਰਕਬਿਆਂ 'ਚ ਇਹਨਾਂ ਨੂੰ ਪੈ ਗਿਆ ਚਲੋ ਆਪਣਾ ਖਾਂਦੇ ਕਮਾਉਂਦੇ ਨੇ ਪਾਇਆ ਸਾਡੀ ਜਿਹੜੀ ਸੀ ਨਾ ਉਸ 16 ਕਿਲੋ ਗਹਿਣੇ ਲਈ ਉਹ ਪੈ ਨਹੀਂ ਸਨ ਦਿੰਦੇ ਉਹ ਰਕਬਾ ਪੈ ਨਹੀਂ ਸਨ ਦਿੰਦੇ ਉਹ ਦਿੰਦੇ ਸਨ ਗਹਿਣੇ ਸਾਡਿਆਂ ਬੰਦਿਆਂ ਕੋਲ ਤੋਂ ਪੈਸੇ ਹੀ ਸਨ ਇਹਨਾਂ ਗਹਿਣਾ ਦੇ ਛੱਡਿਆ ਸੀ 16,000 ਰੁਪਈਆ 1600 ਉਦੋਂ 1600 ਹੀ ਹੁੰਦੇ ਸਨ ਉਹ ਪੋਇੰਟ ਲਈ ਸੀ ਇਹਨਾਂ ਠੇਕੇ 'ਤੇ ਸਾਨੂੰ ਪੈਸੇ ਨਹੀਂ ਮਿਲੇ ਪੋਇਆਂ ਛੱਡ ਦਿੱਤੀ ਸੀ ਸਹੀ ਅੱਛਾ ਅੱਛਾ ਜਦੋਂ ਇੱਥੋਂ ਗਏ ਨੇ ਸਹੀ ਗਏ ਨੇ ਕੋ ਉਹਨਾਂ ਦਾ ਕੋਈ ਉਹ ਤਾਂ ਨਹੀਂ ਹੋਇਆ ਹਮਲਾ ਹਮਲਾ ਇੱਥੇ ਉਹਨਾਂ ਦਾ ਕੋਈ ਗੱਲ ਹੀ ਨਹੀਂ ਸਿੱਖੀ ਸਾ ਮੁਕੰਮਲ ਆਪਣੀ ਹਫਾਜ਼ਤ ਨਾਲ ਉਹਨੂੰ ਛੱਡ ਕੇ ਮੇਰਾ ਮਤਲਬ ਸਜ਼ਾ ਇੱਥੋਂ ਕੋਈ ਗੱਲ ਉਹਨਾਂ ਕਿਸੇ ਨੇ ਕੀਤੀ ਹੈ ਕੋਈ ਨਾ ਸਾਡੇ ਪਿੰਡ ਨਾਲ ਕਿਸੇ ਗੱਲ ਕੀਤੀ ਜ਼ੈਲਦਾਰ ਜੋ ਸੀ ਨਾ ਉਹਦਾ ਆਰਡਰ ਸੀ ਵੀ ਇਹ ਮੇਰੇ ਪਿੰਡ 'ਚ ਕੋਈ ਵਾਅਦਾ ਘਾਟਾ ਨਹੀਂ ਕਰ ਸਕਦਾ ਜਿਹਨੇ ਪਿਆਰ ਮੁਹੱਬਤ ਤੁਹਾਨੂੰ ਪਿਆਰ ਮੁਹੱਬਤ ਨਾਲ ਗਾਇਆ ਜਿੰਨਾ ਪਿਆਰ ਸੀ ਤੁਸੀਂ ਤੁਹਾਡੇ ਨਾਲ ਜਾਣ ਲੱਗੇ ਤੁਹਾਨੂੰ ਮਿਲ ਕੇ ਗਏ ਮੈਂ ਨਾ ਮਿਲ ਕੇ ਸਾਰਿਆਂ ਨੂੰ ਮਕਸਦ ਦੇਣਾ ਵੀ ਸਾਰਿਆਂ ਨੂੰ ਮਿਲ ਕੇ ਰਹੀ ਨਾਲੇ ਕੋਈ ਲੋਕ ਆਉਂਦੇ ਨਾ ਪਿੱਛਾ ਪਰਤ ਕੇ ਆ ਜਾਣਾ ਹੈ ਇਹ ਵੀ ਖਤਰਾ ਸੀ ਲੋਕਾਂ ਨੂੰ ਭਾਈ ਇਸ ਵਾਸਤੇ ਕਿਸੇ ਚੀਜ਼ ਨੂੰ ਛੇੜਿਆ ਨਹੀਂ ਚਾਚਾ ਜੀ ਪਿੰਡ ਦੇ ਵਿੱਚ ਕੋਈ ਖੂਹ ਆਇਆ ਸਨ ਜਿੱਥੇ ਪਾਣੀ ਭਰਦੇ ਹੋਏ ਉਦੋਂ ਸਨ ਆਹੋ ਇੱਥੇ ਨਾਲ ਖੂਹ ਸੀ ਆਪਣਾ ਗੁਰਦੁਆਰਾ ਵੀ ਉਹਨਾਂ ਦਾ ਹੋਣਾ ਆਹ ਗੁਰਦੁਆਰਾ ਉਧਰ ਸੀ ਬਣਿਆ ਆ ਕੀ ਸਮਝ ਗੁਰਦੁਆਰਾ ਸੀ ਮਸੀਰ ਯਾਨੀ ਫੁੱਲ ਪਿਆਰ ਨਾਲ ਰਹਿਆ ਸੀ ਜੋ ਉਹਨਾਂ ਦੀ ਵਰਤੋਂ ਸੀ ਆਪਣੀ ਬਿਲਕੁਲ ਸਹੀ ਮੁਕੰਮਲ ਸੀ ਖੂਹ ਸ਼ੂਹ ਦੁਆਲੇ ਸਾਰੇ ਖੂਹ ਹੀ ਸਨ ਅਤੇ ਆਹ ਖੂਹ ਜਿਹੜਾ ਵਗਦਾ ਸੀ ਨਾ ਇਹਦੇ 'ਤੇ ਉਹਨਾਂ ਨਹਾਉਣ ਸ਼ਾਉਣ ਵਾਲੀਆਂ ਸ਼ਹੀ ਲਾਈਆਂ ਗਈਆਂ ਸਨ ਜੋ ਮੁਸਲਮਾਨ ਵੀ ਜਾ ਕੇ ਨਾ ਹੈ ਉਹਦਾ ਜ਼ਹਿਰ ਦਾ ਹੋਸ ਬਣਾਇਆ ਹੋਣਾ ਕੋਈ ਸ਼ਾਇਦ ਸਿਸਟਮ ਜੇ ਬੀਬੀਆਂ ਪਾਣੀ ਭਰਦੀਆਂ ਸਨ ਪਈਆਂ ਹਾਂਜੀ ਹਾਂਜੀ ਜ਼ਹਿਰ ਦਾ ਪੋਤਰਾ ਉੱਥੇ ਨਹਾਉਂਦਾ ਸੀ ਪਿਆ ਅੱਛਾ ਅਤੇ ਬੀਬੀਆਂ ਖਲੋ ਰਹੀਆਂ ਜ਼ਹਿਰ ਦਾ ਇੱਥੇ ਬੈਠਾ ਸੀ ਉੱਥੇ ਵਹਿੰਦਾ ਸੀ ਸਾਹਮਣੇ ਸਭ ਕੁਝ ਵੇਖ ਰਿਹਾ ਵਹਿੰਦਾ ਸੀ ਪਿਆ ਮੁੰਡਾ ਜਿਹੜਾ ਪੋਤਰਾ ਜਿਹੜੇ ਉਹ ਪੋਤਰਾ ਨਹਾ ਕੇ ਆਇਆ ਨਾ ਅੱਛਾ ਇੱਥੇ ਚੌਂਕੀਦਾਰ ਬੈਠਾ ਸੀ ਹੁਣ ਆਵਾਜ਼ ਮਾਰ ਵੀ ਇਹਨੂੰ ਲਿਆ ਸਦ ਕੇ ਲਿਆ ਜਰਾ ਇੱਥੇ ਥੰਮ ਦੇ ਕੋਲ ਬਾ ਕੇ ਉਹਨੂੰ ਆਖ ਲੱਗਾ ਉੱਥੇ ਬੁੱਕ ਪਾੜ ਸਾਹ ਦਾ ਇਹਦੇ ਸਿਰ ਦੇ ਵਿੱਚ ਆਪਣੇ ਸਕੇ ਪੋਤਰੇ ਨੂੰ ਕਹਿੰਦੇ ਇਹਦੇ ਪਾਸ ਸਕੇ ਪੋਤਰੇ ਦੇ ਸਿਰ ਤੇ ਉਹਦੀਆਂ ਮੇਡੀਆਂ ਦੇ ਵਿੱਚ ਉਹ ਸਾਹ ਪਾਈ ਉਤੋਂ 5 ਜੁੱਤੀਆਂ ਆ ਮਾਰੀਆਂ ਉਸ ਦਾ ਕਿਹਾ ਤੀ ਭੈਣ ਧੀਆਂ ਸਨ ਖਲੀਆਂ
ਕੀ ਆਉਂਦੇ ਉਹਨਾਂ ਦਾ ਸਰਦਾਰ ਦਾ ਪੁੱਤਰਾ ਲਾਉਂਦਾ ਪਿਆ ਆਪਣੇ ਡੇਰੇ 'ਤੇ ਜਾਣਾ 6 ਮਹੀਨੇ ਤੂੰ ਪਿੰਡ ਨਹੀਂ ਆ ਸਕਦਾ ਅੱਛਾ ਵਾਹ ਜੀ ਵਾਹ 6 ਮਹੀਨੇ ਦਾ ਡਨ ਲੜਾ ਤੂੰ ਪਿੰਡ ਨਹੀਂ ਆ ਸਕਦਾ ਤੂੰ ਕਿਉਂ ਐਂ ਗਿਆ ਤੀਆਂ ਇੰਨਾ ਹਜ਼ਾਰ ਸੀ ਇੰਨਾ ਹਜ਼ਾਰ ਤੀਆਂ ਭੈਣਾਂ ਕਰ ਲਿਆ ਬਿਲਕੁਲ ਬਾਬਾ ਜੀ ਉਹ ਤਾਂ ਫਿਰ ਮੁਸਲਮਾਨਾਂ ਦੀ ਹੁਣ ਉਹਨਾਂ ਦਾ ਵੀ ਸਾਰੀਆਂ ਦੀ ਧੀਆਂ ਇੱਕੋ ਹੀ ਸਮਝਦੇ ਹੋਣੇ ਵੀ ਭਾਵੇਂ ਸਿੱਖਾਂ ਦੀ ਜਿਹਦੀ ਮਰਜ਼ੀ ਹੋਵੇ ਸਾਈਆਂ ਦੀਆਂ ਮਿੱਟੀਆਂ ਨੂੰ ਇੱਕੋ ਹੀ ਸਮਝਦੇ ਸਨ ਵਾਹ ਵਾਹ ਇਹ ਜਿਹੜੇ ਲੋਕ ਨੇ ਨਾ ਇਹ ਜਿੱਥੋਂ ਦਾਲ ਲੱਗੇ ਉੱਥੇ ਲਾ ਲੈਂਦੇ ਹਾਂ 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 ਉਹ ਨਹੀਂ ਸਰ ਸਰਦਾਰ ਬੜੇ ਆ ਨਾ ਖਾਲਦ ਬੜੀ ਇੱਜ਼ਤ ਆ ਉਹ ਅਮਰ ਪਿੰਡ ਦੀ ਧੀ ਨੂੰ ਧੀ ਸਮਝਦੇ ਹਾਂ ਆਪਣੇ ਉਹ ਅਮਰ ਪਸੰਦ ਬੰਦੇ ਸੋਹਣੇ ਇਹ ਤੇ ਕਰਮਾਂ ਦੀ ਕੌਮ ਹੈ ਅੱਲਾਹ ਤਾਲਾ ਰਹਿਮ ਰੱਖੇ ਅੱਛਾ ਅੱਛਾ ਜੀ ਉਹ 47 ਤੋਂ ਪਹਿਲੇ ਇੱਥੇ ਬਰਾਦਰੀ ਕਿਹੜੀ ਕਿਹੜੀ ਸੀ ਮੁਸਲਮਾਨਾਂ ਦੀ ਇੱਥੇ ਸਾਰੇ ਮੁਸਲਮਾਨ ਸਨ ਬਰਾਦਰੀ ਬਰਾਦਰੀ ਘੁਮਿਆਰਾਂ ਦੀ ਅੱਛਾ ਰਾਈਆਂ ਦੀ ਮਿਸਤਰੀਆਂ ਦੀ ਸਹੀ ਬਰਾਦਰੀ ਅੱਛਾ ਜਿਹੜੇ ਸਿੱਖਾਂ ਤੁਸੀਂ ਦੱਸਣ ਜ਼ੈਲਦਾਰ ਇਹਨਾਂ ਦੀ ਜਾਤ ਕਿਹੜੀ ਸੀ ਚਾਚਾ ਇਹ ਮੇਰਾ ਖਿਆਲ ਮੈਨੂੰ ਚੇਤੇ ਨੇ ਦਿਮਾਗ ਨਹੀਂ ਕੰਮ ਕਰਦਾ ਮੈਨੂੰ ਪਤਾ ਦੇ ਸੀ ਇਹਨਾਂ ਦਾ ਗ੍ਰਹਿ ਜਾਂ ਵਿਰਗ ਜਾਂ ਹਜਰਾ ਨਹੀਂ ਨਹੀਂ ਹਾਂ ਇਹਨਾਂ ਦੀ ਖੜੇ ਸੰਧੂ ਸੀ ਸੰਧੂ ਸੀ ਇਹਨਾਂ ਦੀ ਜਾਤ ਸੰਧੂ ਹਾਂ ਸੰਧੂ ਸੰਧੂ ਹਾਂ 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 ਚਾਚੇ ਦੇ ਖਤਰੀਬ ਘਰ ਕੋਈ ਆਏ ਹਿੰਦੂਆਂ ਦਾ ਵੀ ਘਰ ਘਰ ਨਹੀਂ ਨਹੀਂ ਉਹ ਕੋਈ ਸਾਡੇ ਪਿੰਡ ਜੁਗ ਸਿਰਫ ਸਿੱਖ ਸਨ ਸਿਰਫ ਸਿੱਖ ਉਹ ਅਸਾਂ ਜੰਮਣ ਹੀ ਨਹੀਂ ਦਿੱਤਾ ਤੇ ਅੱਛਾ ਹਾਂ ਅੱਲਾ ਪਾਕ ਕਰਮ ਕਰੇ ਤੇ ਫਤਲ ਕਰੇ ਆਏ ਤੂੰ ਸਾਡੀ ਫਿਰ ਬੈਸ ਕਰਨੀ ਹੈ ਉਹਨਾਂ ਦਾ ਸਹੀ ਸਹੀ ਹਾਂ ਅੱਛਾ ਜੀ ਜਦੋਂ ਕੁਰਬਾਨੀ ਹੁੰਦੀ ਸੀ ਤੁਹਾਡੀ ਵੱਡੀ ਜਿਹਨੂੰ ਵੱਡੀ ਈਦ ਕਹਿੰਦੇ ਆ ਉਦੋਂ ਕੋਈ ਮਸਲਾ ਤਾਂ ਨਹੀਂ ਬਣਦਾ ਕੁਰਬਾਨੀ ਤੋਂ ਰੋਕਦੇ ਹੋਣੀ ਨਹੀਂ ਕੋਈ ਨਹੀਂ ਕੁਰਬਾਨੀ ਤਾਂ ਕੋਈ ਨਾ ਰੋਕਦੇ ਅੱਛਾ ਨਾਲੇ ਉਦੋਂ ਲੋਕ ਦੂਜੇ ਬਾਲੇ ਸਨ ਕੁਰਬਾਨੀਆਂ ਲੱਗੀ ਦੇਣੀਆਂ ਹੁੰਦੀਆਂ ਸਨ ਆ ਕੀ ਸਮਝ ਬਹੁਤ ਛੋਟੀ ਕਰਦੇ ਹਾਂ ਤੇ ਬਹੁਤ ਹੀ ਛੋਟੀ ਕਰ ਲਈ ਬੱਕਰ ਹੋ ਗਿਆ ਕੋਈ ਦੁੰਬੇ ਛਤਰੇ ਬੱਕਰੇ ਅੱਛਾ ਅੱਛਾ ਤੇ ਉਹ ਵੀ ਆਪਣੇ ਦੀਵਾਲੀ ਦੀਵਾਲੀਆਂ ਸਹੀ ਮਨਾਉਂਦੇ ਉਹ ਵੀ ਆਪਣੀ ਕਰ ਲਈਆਂ ਦੀਵਾਲੀਆਂ ਛੁਆਲੀਆਂ ਲੋਈਆਂ ਛੋਈਆਂ ਮੰਗ ਲੈਂਦੇ ਭੁੱਗੇ ਭੁੱਗੇ ਸਾਡੇ ਮੁਸਲਮਾਨਾਂ ਦਾ ਦਿੰਦੇ ਸਨ ਲੋਈ ਉਹਨਾਂ ਦੀ ਹੁੰਦੀ ਸੀ ਲੋਈ ਤੋਂ ਮੁਰਾਦ ਕੀ ਚਾਚਾ ਜੀ ਥੋੜ੍ਹਾ ਲੋਈ ਕੀ ਮਤਲਬ ਉਹ ਲੋਈ ਕਰਕੇ ਮੰਗਦੇ ਸਨ ਜਿੱਥੇ ਜਿਹਨਾਂ ਦੇ ਘਰ ਕੋਈ ਬਾਲ ਬੂਲ ਹੋਇਆ ਹੋਣਾ ਅੱਛਾ ਅੱਛਾ ਬੰਦੇ ਜਾਂਦੇ ਮੁੰਡੇ ਜਾਂਦੇ ਉੱਥੇ ਜਾਣਾ ਤੋਂ ਉਹਨਾਂ ਕੋਲ ਮਕਈ ਦੇ ਫੁੱਲੇ ਬਣਾ ਕੇ ਰੱਖੇ ਹੋਣੇ ਉਹ ਇਹਨਾਂ ਦੇਣੇ ਵਿੱਚ ਗੁੜ ਲਾਇਆ ਹਾਂ ਗੁੜ ਵਿੱਚ ਲਾਇਆ ਇਹੋ ਕੁਛ ਹੁੰਦਾ ਰੋਕ ਗਈ ਅੱਗੋਂ ਦੂਜੇ ਤਾਂ ਫਿਰ ਮੁਸਲਮਾਨਾਂ ਵੀ ਮੰਗਣੇ ਅੱਛਾ 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 ਉਸੇ ਤਰ੍ਹਾਂ ਹੀ ਇਹ ਵੀ ਫਿਰ ਉਹ ਇਕੱਠੀ ਕਰਦੇ ਹਨ ਮਕਈ ਬਹੁਤ ਕੰਮ 'ਚ ਸੋਹਣਾ ਚੱਲਦਾ ਸੀ ਇਹ ਕੀ ਪਤਾ ਵੀ ਉਹਨਾਂ ਟੁਰ ਜਾਣਾ ਉਹਨਾਂ ਦੇ ਬੜੀਆਂ ਪੱਕੀਆਂ ਨਹੀਂ ਅੱਛਾ ਅੱਛਾ ਆਖਰੀ 1-2 ਮਿੰਟ ਤੁਹਾਡੇ ਕਿ ਆਪਣੇ ਮੁਸਲਮਾਨਾਂ 'ਚੋਂ ਤੁਹਾਡਾ ਤਾਇਆ ਹੋ ਗਿਆ ਤੁਹਾਡਾ ਦਾਦਾ ਹੋ ਗਿਆ ਤੁਹਾਡਾ ਅੱਬਾ ਹੋ ਗਿਆ ਸਿੱਖਾਂ 'ਚੋਂ ਕੋਈ ਜਵਾਨ ਜਵੂਨ ਕਿਹੜੇ ਸਨ ਘਰ ਸਿੱਖਾਂ ਵਿੱਚ ਵੀ ਕੋਈ ਦੱਸ ਦਿਓ ਸਿੱਖਾਂ 'ਚ ਵੀ ਜਵਾਨ ਬੜੇ ਸਨ ਅੱਛਾ ਬੜੇ ਜਵਾਨ ਸਨ ਜੈਲਦਾਰ ਵੀ ਜਵਾਨ ਸੀ ਜੈਲਦਾਰ ਦਾ ਭਰਾ ਵੀ ਜਵਾਨ ਸੀ ਜੈਲਦਾਰ ਦਾ ਪਤਰੀਏ ਵੀ ਜਵਾਨ ਸਨ ਆ ਵੀ ਸਮਝ ਉਹ ਜਵਾਨ ਹੀ ਸਨ ਸਾਰੇ ਕੋਈ ਘੁਲਦੇ ਹੋਣ ਕੋਈ ਕਬੱਡੀ ਖੇਡਦੇ ਹੋਣ ਆਪਣਿਆਂ 'ਚੋਂ ਜਾਂ ਉਹਨਾਂ 'ਚੋਂ ਨਹੀਂ ਨਹੀਂ ਉਹ ਕੌਡੀਆਂ ਕਾਡੀਆਂ ਲੈਂਦੇ ਸਨ ਕਬੱਡੀ ਕਬੱਡੀ ਭਾਰ ਚੁੱਕਦੇ ਉਹ ਤੋਂ ਖੇਡ ਭਾਰ 'ਚ ਚੁੱਕਦੇ ਸਨ ਉਹ ਸੁਹਾਗਿਆਂ ਦੇ ਬੜੇ ਚੁੱਕਦੇ ਨੇ ਤਗੜੇ ਜਿਹੜੇ ਸਨ ਬੰਦੇ ਉਹ ਸਾਡੇ ਜਿਹੜੇ ਸਨ ਹਾਂਜੀ ਦਾਦੇ ਜਾਂ ਪੜਦਾਦੇ ਉਹ ਜਵਾਨ ਸਨ ਤੁਹਾਨੂੰ ਦੱਸਿਆ ਨਾ ਸੱਤ ਸਿਰ ਕੜਾ ਖਾਧਾ ਅਤੇ ਉਹ ਕੜਾ ਤੁਸੀਂ ਹਲਵੇ ਨੂੰ ਕਹਿਣ ਦਿਓ ਨਾ ਆਹ ਹਲਵੇ ਸੱਤ ਸਿਰ ਖਾਧਾ ਉਹਦਾ ਉਹ ਨਾ ਪੀ ਮੇਲ ਭਾਜੀ ਮੁਕਾ ਲਵੀ ਖਾਣ ਖਾਣ ਦੀ ਮੇਲ ਭਾਜੀ ਨਹੀਂ ਰੱਖਣੀ ਉਂਝ ਗੱਲਾਂ ਬਾਤਾਂ ਦੀ ਮੇਲ ਭਾਜੀ ਆ ਨਹੀਂ ਸਮਝ ਗੱਲਾਂ 7 ਕਿਲੋ ਖਾ ਗਿਆ ਜਵਾਨ ਕਿੰਨਾ ਹੋਣਾ ਜਾਣੀ 7 ਕਿਲੋ ਖਾ ਲਿਆ ਬੜੇ ਜਵਾਨ ਹੁਣ ਤਾਂ 7 ਬੰਦੇ ਭਾਵੇਂ ਖਾਣ ਐਡੀ ਚੋਗੀਆਂ ਪਸ ਰਹੀਆਂ ਸਾਰੇ ਆਪਣਾ ਕੁਝ ਇੱਥੇ ਲਾਗੇ ਮੇਲਾ ਲੱਗਦਾ ਸੀ ਉਦੋਂ ਸੰਤਾਲ ਦਾ ਮੇਲਾ ਲੱਗਦਾ ਇੱਥੇ ਜੀਰੇ ਦਾ ਮੇਲਾ ਲੱਗਦਾ ਸੀ ਬੰਦੋ ਕੰਮ ਪਰਾਂ ਅੱਛਾ ਅੱਛਾ ਅੰਬੋ ਕੇ ਗਿਆ ਉਹਦੇ ਹਾਂਜੀ ਹਾਂਜੀ ਅੰਬੋ ਕੇ ਨਾਲ ਅੱਗੇ ਪਰਾਂ ਅੱਛਾ 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 ਅੱਗੇ ਪੀੜੀ ਲੱਗਦੀ ਸੀ ਇੱਥੇ ਵਿਰਕਾ ਤੱਕ ਲੱਗਦਾ ਸੀ ਮੇਲਾ ਅੱਛਾ ਅੱਛਾ ਸਾਰੇ ਸਿੱਖ ਵੀ ਜਾਂਦੇ ਆ ਮੁਸਲਮਾਨ ਵੀ ਸਾਰੇ ਆ ਜਿਹੜਾ ਮੇਲਾ ਸੀ ਨਾ ਇੱਥੇ ਤਾਂ ਬੜਾ ਸਿੱਖ ਜਾਂਦੇ ਸਨ ਕਿ ਬੜੇ ਸ਼ੌਕ ਹਾਂ ਬੜੇ ਰੇਜ ਨਾਲ ਘੋੜਿਆਂ ਨੂੰ ਊਠਾਂ ਨੂੰ ਮੇਰਾ ਮਲਹਾਰ ਪਾਣੇ ਅਤੇ ਸਜਾ ਕੇ ਲੈ ਕੇ ਜਾਣਾ ਸਜਾ ਕੇ ਲਿਜਾ ਕੇ ਜਾਣਾ ਇਹ ਕੰਮ ਬੜਾ ਕਰਦੇ ਸਨ ਸਹੀ ਹੈ ਉਦੋਂ ਟਿੱਲ ਸੀ ਇਹਨਾਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਟਿੱਲ ਕੋਈ ਨਹੀਂ ਸੀ ਸਿੱਖਾਂ ਦਾ ਟਿੱਲ ਅੱਛਾ ਤੁਹਾਨੂੰ ਮਿਲਣਾ ਆਉਂਦੇ ਰਹੇ ਚਾਚਾ ਜੀ ਉਹਨਾਂ ਤੁਹਾਨੂੰ ਕਿਹਾ ਵੀ ਤੁਸੀਂ ਵੀ ਆਓ ਮਿਲਣ ਆਹੋ ਤਾਂ ਹੋਰ ਤੁਹਾਨੂੰ ਆਉਂਦਾ ਨਹੀਂ ਆਓ ਮੈਨੂੰ ਇਹਦਾ ਬੜਾ ਚਾਰਾ ਲਾਇਆ ਅੱਛਾ ਮੈਂ ਕੁਝ ਖਚਕਿਆ ਤਾਂ ਉਹ ਮੇਰੇ ਪੁੱਤਰ ਨੂੰ ਆਉਂਦੇ ਹਨ ਮਸਾਜੇ ਨਾਲ ਘੱਲੇ ਨੂੰ ਉਹਦਾ ਹੀ ਮੈਂ ਨਹੀਂ ਘੱਲਦਾ ਹੈਂ ਫਿਰ ਮਗਰ ਉਹਨੂੰ ਆਉਂਦੇ ਰਹੇ ਨੇ ਉਹ ਨਹੀਂ ਬੜੀ ਵੇਰ ਰਾਣੇ ਫੂਲਕੇ ਨੇ ਨਾ ਜਿਹੜੇ ਉਹ ਸਿੱਖ ਉਹਨਾਂ ਦੇ ਕੋਲ ਆਉਂਦੇ ਸਨ ਅੱਛਾ ਅੱਛਾ ਰਾਣੇ ਫੂਲਕਿਆਂ ਦੀ ਜ਼ਮੀਨ 'ਚ ਉਹ ਬੈਠੇ ਨੇ ਜਾ ਕੇ ਸਿੱਖ ਉਹਨਾਂ ਦੀ ਉੱਥੋਂ ਵੀ ਮੇਲ ਭਾਜੀ ਹੈ ਵਿਆਹਾਂ ਸ਼ਾਦੀ ਦੇ ਆਉਂਦੇ ਉਹ ਜਿੱਦਣ ਇੱਥੇ ਆਉਂਦਾ ਨਾਲ ਰਾਣੇ ਫੂਲਕੇ ਨਾਲ ਆਉਂਦੇ ਨੇ ਚਾਚਾ ਜੀ ਜਦੋਂ ਸ਼ਾਦੀ ਕਰਦੇ ਹੋ ਜਿਹੜਾ ਤੁਹਾਡਾ ਇਹਨਾਂ ਨਾਲ ਬੜਾ ਪਿਆਰ ਸੀ ਜੈਲਦਾਰ ਕੇ ਨਾ ਸੁੱਕੀ ਜਾਂ ਉਹਨਾਂ ਦੇ ਪਕਾ ਲੈ ਨਾ 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 ਸੁੱਕੀਆਂ ਭਾਜੀਆਂ ਸੁੱਕੀਆਂ ਭਾਜੀਆਂ ਜਾਂ ਫਿਰ ਪਕਾ ਕੇ ਆਪ ਸਹੀ ਸਹੀ ਅੱਛਾ ਬਜ਼ੁਰਗੋ ਥੋੜ੍ਹਾ ਉਹ ਦੱਸੋ ਸਾਨੂੰ ਉਹ ਤੁਹਾਡੇ ਉਸ ਟਾਈਮ ਜਿਹੜੇ 47 ਵਾਲੇ ਹੁਣ ਤੋਂ 76 ਸਾਲ ਪਿਛਾਂ ਉਹ ਵਕਤ ਸਹੀ ਹੈ ਹੋਣ ਵਾਲੇ ਸਾਡੇ ਕਿਵੇਂ ਕੀ ਇਹਦੇ ਜੇ ਵਕਤ ਵੇਖੇ ਤਾਂ ਉਹੀ ਵਕਤ ਚੰਗਾ ਸੀ ਉਹੀ ਵਕਤ ਚੰਗਾ ਤੁਹਾਡੇ ਦੱਸੋ ਨਾ ਕਿਵੇਂ ਇਸ ਤਰ੍ਹਾਂ ਉਦੋਂ ਹਜ਼ਾਰ ਸੀ ਹੁਣ ਯਾ ਕੋਈ ਨਹੀਂ ਹੁਣ ਤਾਂ ਮਾਂ ਪਿਓ ਉਹਦਾ ਕੋਈ ਨਹੀਂ ਆਇਆ ਤੇ ਨਾ 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 ਯਾ ਹੈ ਹੀ ਕੋਈ ਨਾ ਤੈਨੂੰ ਦੱਸਿਆ ਨਹੀਂ ਵੀ ਉਹਦਾ ਪੋਤਰਾ ਨਾ ਕੇ ਨਿਕਲਿਆ ਸੀ
ਤੋ ਸਾ ਚੌਕੀਦਾਰ ਕੋ ਪਵਾਈ ਸਿਰ ਵਿੱਚ ਤੇ 6 ਮਹੀਨੇ ਆ ਕੇ 6 ਮਹੀਨੇ 'ਚ ਖੂਹ ਤੋਂ ਪਿੰਡ ਨਹੀਂ ਆ ਸਕਦਾ ਤੂੰ ਬੱਚੀਆਂ ਖੜੀਆਂ ਰਹੀਆਂ ਤੂੰ ਨਹਾਉਂਦਾ ਰਿਹਾ ਕੀ ਕੋਈ ਕੋ ਆਖਦਾ ਜੈਲਦਰ ਦਾ ਪੋਤਰਾ ਉੱਥੇ ਨਹਾਉਂਦਾ ਸੀ ਪਿਆ ਬੀਬੀਆਂ ਨੂੰ ਪਾਣੀ ਨਹੀਂ ਸੀ ਭਰਨ ਦਿੰਦਾ ਇੰਨਾ ਕੋ ਡਾਂਸ ਆਪਣੇ ਪੋਤਰੇ 'ਤੇ ਲਾਇਆ ਸੀ ਅਤੇ ਅੱਜ ਤਾਂ ਮੇਰਾ ਵਾ ਕਿਸੇ ਨੂੰ ਲਾਈ ਜਾਂਦੇ ਅਗਲਿਆਂ ਦਿਨ ਲੈ ਤੂੰ ਕੌਣ ਹੋ ਉਦੋਂ ਹਜ਼ਾਰ ਸੀ ਬੜਾ ਯਾਰ ਵੱਡੇ ਦਾ ਯਾਰ ਸੀ ਬੀਬੀਆਂ ਦਾ ਯਾਰ ਸੀ ਬਿਰਲਾ ਬਿਰਲਾ ਕੀ ਭਾਣਾ ਦਾ ਯਾਰ ਜੈਲਦਾਰ ਐਸ ਕੁੱਤੇ ਕੋਠੇ ਤੇ ਬੈਂਦਾ ਸੀ ਨਾ ਜਦੋਂ ਮੂੰਹ ਅਜ ਦੱਖਣ ਪਾਸੇ ਕਰਕੇ ਬੈਂਦਾ ਸੀ ਇੱਧਰ ਵਾਦੀ ਨਹੀਂ ਸੀ ਉੱਧਰ ਵਾਦੀ ਕੋਈ ਸੀ ਨਾ ਆਹ ਵਾਦੀ ਇੱਧਰ ਹੁੰਦੀ ਸੀ ਉਹ ਵਾਦੀ ਵਾਲੇ ਪਾਸੇ ਮੂੰਹ ਅੱਗੇ ਨਹੀਂ ਸੀ ਬੈਂਦਾ ਉਹਦਾ ਗੁੱਤੀ ਬੰਨੇ ਜਾਏ ਗੁੰਦਰ ਜਾਏ ਕੋਠੇ ਦੇ ਮੂੰਹ ਇੱਧਰ ਕਰ ਲੈਂਦੇ ਅੱਗੇ ਘਾਰੀ ਕੋਈ ਘਾਰੀ ਕੋਈ ਦੱਖਣ ਪਾਸੇ ਮੂੰਹ ਕਰ ਲੈਣਾ ਨਾਜ਼ਰੀਨ 1947 ਟਾਈਮ ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ ਸਾਨੂੰ ਸਕਰੀਨ 'ਤੇ ਸਾਡਾ ਨੰਬਰ ਆ ਰਿਹਾ ਜਿਹੜਾ ਵਟਸਐਪ ਨੰਬਰ ਹੈ ਅਤੇ ਸਾਨੂੰ ਡਿਟੇਲ ਦੱਸ ਦਵੋ ਆਪਣੇ ਪਿੰਡ ਦੇ ਨਾਲ ਦਾ ਪਿੰਡ ਹੋ ਸਕੇ ਕੋਈ ਇੱਕ ਦਾ ਦੱਸ ਦਵੋ ਤਾਂ ਜ਼ਿਲ੍ਹਾ ਦੱਸੋ ਅਸੀਂ ਉੱਥੇ ਜਾ ਕੇ ਜ਼ਰੂਰ ਕੋਸ਼ਿਸ਼ ਕਰਾਂਗੇ ਉੱਥੋਂ ਦਾ ਕੋਈ ਵਸਨੀਕ ਬਾਬਾ ਲੱਭ ਕੇ ਜਿਹੜਾ ਤੁਹਾਡੇ ਵੱਡਿਆਂ ਨੂੰ ਜਾਣਦਾ ਹੋਵੇ ਥੋੜ੍ਹਾ ਉਹਦੇ ਬਾਰੇ ਗੱਲਬਾਤ ਜਿਹੜਾ ਸੁਣਾ ਸਕੇ ਉੱਥੇ ਵੀਡੀਓ ਬਣਾਵਾਂਗੇ ਤੁਹਾਨੂੰ ਸਾਰਾ ਪਿੰਡ ਵੀ ਵਿਖਾਵਾਂਗੇ ਵੀਡੀਓ ਦੀ ਬਣਾਵਾਂਗੇ ਅਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੱਕ ਮੈਨੂੰ ਤਾਂ ਅਕਰਮ ਸਾਹਿਬ ਦਿਓ ਇਜਾਜ਼ਤ ਰੱਬ ਰੱਖਾ ਜੀ।